गुरुद्वारा टिब्बी साहब आए थे उत्थे सानूं सिंगर मिले संजना बोला जी ते गोपी भाजी ते इन्हां दा सौंग आ रहा ते असीं इन्हां नाल कुछ गल्लां कीतियां ते तुसीं वीडियो एंड तक देखो जो असीं इन्हां नाल गल्लां कीतियां ते सौंग बारे गल्लां कीतियां ते करदे हां वीडियो शुरू। मेरे वालों थानू सारिया नू प्यार भरी सत श्री अकाल जी। सत श्री अकाल। ते मैं ते परी चले आ, परी नहीं भरा भी चले आ, किमी भी चले आ, किते चले आ। परी कहंदी किते घूमण जाना, मगर चल चलदे आ। ठीक है, मास्क पा लो, हुण तां मास्क पा लो। मास्क मास्क किदां पाउंदे बच्चे मास्क? ए एदां स्टाइलिश कुड़ी साडी फोन भी चक्की बैठी है ते पर्स भी। आ देखो ए पर्स भी इहदा भाई साडी कुड़ी परियो है। परियो निम्मा जट भी आ गया। उधर गड्डी भी कट ली, ओ गड्डी आ गई उधर। ਸਾਡੀ ਪਰੀ ਕਿੱਥੇ ਨੂੰ ਚੱਲੀ ਅੱਜ? ਪਰਨੀਤ ਕੌਰ ਕਿੱਥੇ ਨੂੰ ਚੱਲੀ? ਕਿੱਥੇ ਨੂੰ ਚੱਲਿਆ ਮੇਰਾ ਪੁੱਤ? ਪਤਾ ਨੀ ਬਾਬਾ ਜੀ ਦੇ ਘਰ ਨੂੰ ਮੱਥਾ ਟੇਕਣ ਗੁਰਦੁਆਰੇ ਨੂੰ। ਕਿ ਗੁਰਦੁਆਰੇ ਨੂੰ ਚੱਲੀ? ਰੋਪੜ ਸ਼ਹਿਰ ਦਾ ਸਭ ਤੋਂ ਸੋਹਣਾ ਗੁਰਦੁਆਰਾ ਤੇ ਮੈਂ ਇੱਕ ਦੋ ਚੀਜ਼ਾਂ ਰੋਪੜ ਸ਼ਹਿਰ ਦੇ ਵਿੱਚ ਗੁਰਦੁਆਰਾ ਟਿੱਬੀ ਸਾਹਿਬ, ਭੱਠਾ ਸਾਹਿਬ, ਮਹਾਰਾਜਾ ਰਣਜੀਤ ਬਾਗ ਅਤੇ ਸਤਲੁਜ ਦਰਿਆ, ਇਹ ਦੋ ਤਿੰਨ ਚੀਜ਼ਾਂ ਦੇਖਣ ਵਾਲੀਆਂ ਇੱਥੇ। ਜਦੋਂ ਕਦੇ ਰੋਪੜ ਆਏ ਤਾਂ ਇਹ ਚੀਜ਼ਾਂ ਦੋ ਜ਼ਰੂਰ ਇੱਥੇ ਦਰਸ਼ਨ ਕਰਕੇ ਅਤੇ ਦੇਖ ਕੇ ਜਾਓ ਜਣੇ, ਬਹੁਤ ਵਧੀਆ। ਰੂਹ ਖੁਸ਼ ਹੁੰਦੀ, ਰੂਹ ਲੱਗਦੀ ਆ ਕੇ। ਹੁਣ ਤਾਂ ਬਸ ਉਹਦੇ ਕਰਕੇ ਆਪਣੇ ਕਿਆ ਕਹਿੰਦੇ ਆ ਰੌਣਕਾਂ ਹੈ ਨਹੀਂ, ਨਹੀਂ ਤਾਂ ਸੰਗਤਾਂ ਬਹੁਤ ਆਈਆਂ ਹੁੰਦੀਆਂ ਇੱਥੇ। ਬਾਕੀ ਅੱਜ ਅਸੀਂ ਰੌਣਕਾਂ ਲਾਤੀਆਂ ਇੱਥੇ ਆ ਕੇ, ਪਰੀ ਪੁੱਤ ਆ ਗਿਆ ਮੇਰਾ, ਰੌਣਕਾਂ ਲਾਤੀਆਂ ਇੱਥੇ ਅੱਜ। ਬਹੁਤ ਸੋਹਣੀ ਦੇਖਿਆ ਗੁਰਦੁਆਰੇ ਦੀ, ਅਤੇ ਇਹਦੇ ਪਰਲੇ ਪਾਸੇ ਸਤਲੁਜ ਦਰਿਆ, ਅਤੇ ਬਹੁਤ ਸੋਹਣੀ ਇੱਥੇ ਬਾਗਬਾਨੀ ਕੀਤੀ ਗੁਰੂ ਗੁਰਦੁਆਰਾ ਸਾਹਿਬ ਵਿੱਚ। ਆਹ ਭਾਈ ਦੇਖ ਲਓ ਮੁੰਡਾ ਕਿੰਨਾ ਸੋਹਣਾ ਮੁੰਡਾ ਹੈ। ਮੁੰਡੇ ਦਾ ਵਿਆਹ ਹੋਣਾ, ਕਹਿੰਦਾ ਲੱਡੂ ਬਣਾਉਣੇ ਸਾਤੇ। ਕਹਿੰਦਾ ਤੇਰੇ ਵਿਆਹ ਨੂੰ ਲੱਡੂ ਅਸੀਂ ਬਣਾ ਕੇ ਜਾਵਾਂਗੇ, ਟੈਨਸ਼ਨ ਨਾ ਲੈ। ਠੀਕ ਹੈ, ਹਾਂਜੀ ਹਾਂਜੀ। ਗੋਪੀ ਭਾਅ ਜੀ ਆਏ ਨੇ ਅਤੇ ਨਾਲ ਉਹਨਾਂ ਦੇ ਸਿੰਗਰ ਨੇ ਸੰਜਨਾ ਬੋਲਾ, ਅਤੇ ਇਹਨਾਂ ਦਾ ਇੱਕ ਸੌਂਗ ਆ ਰਿਹਾ। ਵੈਸੇ ਅਸੀਂ ਜਾ ਰਹੇ ਦੇ ਘਰ ਨੂੰ ਅਤੇ ਭਾਅ ਜੀ ਅਚਾਨਕ ਮਿਲ ਗਏ ਅਤੇ ਗੁਰੂ ਘਰ ਦੇ ਵਿੱਚ ਆਪਣਾ ਪੰਜ ਤਰੀਕ ਉਹਨਾਂ ਦਾ ਗਾਣਾ ਰਿਲੀਜ਼ ਹੋ ਰਿਹਾ ਅਤੇ ਗਾਣਾ ਬ੍ਰੇਕਅਪ ਹੈ ਨਾ। ਮੈਂ ਦੇਖ ਰਿਹਾ ਪੋਸਟ ਪਾਈ ਦੀ ਭਾਅ ਜੀ ਨੇ, ਅਤੇ ਸੁਬਹ ਹੀ ਮੈਂ ਯਾਦ ਹੀ ਕਰਦਾ ਭਾਅ ਜੀ ਕੁਦਰਤੀ ਗੁਰੂ ਘਰ ਦੇ ਵਿੱਚ ਮਿਲ ਗਏ ਅੱਜ। ਲੱਗਿਆ ਚਲੋ ਬੈਠਦੇ ਹਾਂ। ਸਤਵਿੰਦਰ ਭਾਅ ਜੀ ਨੌਰਵੇ ਤੋਂ, ਹਾਂਜੀ ਬਿਲਕੁਲ। ਅਤੇ ਉਹਨਾਂ ਦੇ ਫੋਨ ਆਏ ਸੀ ਮੈਨੂੰ, ਕਹਿੰਦੇ ਵੀ ਇਹਨਾਂ ਦਾ ਸੌਂਗ ਆ ਰਿਹਾ ਅਤੇ ਜ਼ਰੂਰ ਜੋ ਵੀ ਆਪਾਂ ਸ਼ੇਅਰ ਜਿੰਨਾ ਵੀ ਹੋ ਵੱਧ ਵੱਧ ਹੋਣਾ। ਮੈਂ ਆਪਣੇ ਦਰਸ਼ਕਾਂ ਨੂੰ ਵੀ ਕਹਿਣਾ ਚਾਹੁੰਦਾ ਜਦੋਂ 5 ਤਰੀਕ ਨੂੰ ਗਾਉਣਾ ਤਾਂ ਮੈਂ ਆਪਣੇ ਫੇਸਬੁੱਕ ਪੇਜ ਪਰ ਪਾਊਂਗਾ ਜ਼ਰੂਰ ਗਾਣਾ ਉਹ, ਅਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਜਿੰਨੇ ਵੀ। ਬਹੁਤ ਪਿਆਰੀ ਆਵਾਜ਼ ਹੈ ਸੰਜਨਾ ਬੋਲਾ ਜੀ, ਅਤੇ ਆਪਣੇ ਗਾਣੇ ਬਾਰੇ ਕੁਝ ਦੱਸਣਗੇ ਵੀ ਕਿੱਦਾਂ ਦਾ ਗਾਣਾ ਜਿਹੜਾ ਆ ਰਿਹਾ ਹੁਣ ਇਹ ਬ੍ਰੇਕਅਪ? ਗਾਣਾ 5 ਤਰੀਕ ਨੂੰ ਆਪਾਂ ਰਿਲੀਜ਼ ਕਰ ਰਹੇ ਹਾਂ, ਬ੍ਰੇਕਅਪ ਸੌਂਗ, ਅਤੇ
ਉਦਾਂ ਅਸੀਂ ਸਾਰਿਆਂ ਦੇ ਸਾਹਮਣੇ ਆਪਾਂ ਡੇਟ ਅਲਾਊਂਸ ਨਹੀਂ ਕੀਤੀ ਬਟ ਆਪਾਂ ਭਾਜੀ ਨਾਲ ਮਿਲੇ ਹਾਂ ਅਤੇ ਭਾਜੀ ਨੂੰ ਆਪਾਂ ਡਾਇਰੈਕਟਲੀ ਦੱਸ ਕੇ ਵੀ 5 ਤਰੀਕ ਨੂੰ ਆਪਾਂ ਡਾਇਰੈਕਟਲੀ ਕਹਿ ਲਓ ਜਾਂ ਅੱਜ ਫਿਰ ਡੇਟ ਜਿਹੜੀ ਉਹ ਗੁਰਦੁਆਰਾ ਸਾਹਿਬ ਅਲਾਊਂਸ ਹੋ ਗਈ ਗੁਰੂ ਘਰ ਅਲਾਊਂਸ ਹੋ ਗਈ ਜੀ ਠੀਕ ਠੀਕ ਹੈ ਵੈਸੇ ਅਸੀਂ ਅਫੀਸ਼ੀਅਲੀ ਡੇਟ ਜਿਹੜੀ ਹਜੇ ਤੱਕ ਅਲਾਊਂਸ ਨਹੀਂ ਕੀਤੀ ਸੀ ਅਤੇ ਅੱਜ ਅਸੀਂ ਕਰ ਰਹੇ ਹਾਂ ਤੁਹਾਡੇ ਚੈਨਲ 'ਤੇ ਅਤੇ 5 ਤਰੀਕ ਨੂੰ ਗਾਣਾ ਆਏਗਾ ਜੀ ਸੀਡ ਰਿਕਾਰਡ ਦੇ ਯੂਟਿਊਬ ਚੈਨਲ 'ਤੇ ਅਤੇ ਸਾਰੇ ਟੀ ਵੀ ਚੈਨਲ 'ਤੇ ਵੀ ਚੱਲੇਗਾ ਅਤੇ ਬਾਕੀ ਸਵੇਰੇ 10 ਵਜੇ ਗਾਣਾ ਓਪਨ ਹੋ ਜਾਣਾ ਜੀ ਓਪਨ ਹੋ ਜਾਣਾ ਮੈਂ ਜ਼ਰੂਰ ਸ਼ੇਅਰ ਕਰੂੰਗਾ ਜਦੋਂ ਗਾਣਾ ਆ ਗਿਆ ਨਾ ਜਦੋਂ ਗਾਣਾ ਮੈਂ ਜ਼ਰੂਰ ਸ਼ੇਅਰ ਕਰੂੰਗਾ ਮੈਂ ਟੀਮ ਦੇ ਵਿੱਚ ਨੇ ਸਭ ਤੋਂ ਪਹਿਲਾਂ ਤਾਂ ਸਤਵਿੰਦਰ ਭਾਈ ਦਾ ਮੈਂ ਬਹੁਤ ਬਹੁਤ ਥੈਂਕ ਯੂ ਕਰਦੀ ਹਾਂ ਕਿ ਕਿਉਂਕਿ ਆਪਾਂ ਕਈ ਵਾਰੀ ਨੈਗੇਟਿਵਿਟੀ ਦੇ ਵਿੱਚ ਵੀ ਕਈ ਵਾਰੀ ਕੁਛ ਐਸੀ ਪ੍ਰੋਬਲਮਸ ਆ ਜਾਂਦੀ ਆ ਵੀ ਅਸੀਂ ਹੋ ਜਾਂਦੇ ਹਾਂ ਪਰ ਭਾਜੀ ਤੋਂ ਆਪਾਂ ਨੂੰ ਇੰਨੀ ਪੋਜ਼ਿਟਿਵਿਟੀ ਮਿਲਦੀ ਆ ਵੀ ਇੱਕ ਵਾਰੀ ਬਸ ਫੋਨ ਕਰਦੇ ਆ ਅਤੇ ਬਸ ਉਹਨਾਂ ਨੇ ਇਤਨਾ ਹੌਸਲਾ ਦਿੰਦੇ ਆ ਵੀ ਤੁਸੀਂ ਕੋਈ ਗੱਲ ਨਹੀਂ ਤੁਸੀਂ ਪੋਜ਼ਿਟਿਵ ਰਹਿ ਕੇ ਕੰਮ ਕਰੋ ਆਪਣਾ ਭਾਜੀ ਦਾ ਮਤਲਬ ਦਿਲੋਂ ਥੈਂਕਸ ਆ ਅਤੇ ਸਤਵਿੰਦਰ ਭਾਅ ਜੀ ਬਾਰੇ ਮੈਂ ਦੱਸਦਾ ਸਤਵਿੰਦਰ ਭਾਅ ਜੀ ਜਿਹੜੇ ਨਾਰਵੇ ਤੋਂ ਨਾਰਵੇ ਜਿਹਨਾਂ ਕੋਲ ਮੈਂ ਕੰਮ ਕਰਦਾ ਹੁੰਦਾ ਸੀ ਬਾਹਰ ਅਤੇ ਉਹਨਾਂ ਦੇ ਖਾਸ ਯਾਰ ਦੋਸਤ ਆ ਅਤੇ ਹੁਣ ਮੇਰਾ ਵੀ ਪੂਰਾ ਫਰਜ਼ ਬਣਦਾ ਸੀ ਜਿੰਨਾ ਉਹਨਾਂ ਨੇ ਮੇਰੀ ਹੈਲਪ ਕੀਤੀ ਆ ਵੀ ਮੇਰੇ ਕੋਲ ਲਫ਼ਜ਼ ਨਹੀਂ ਹੈਗੇ ਜਿੰਨੀ ਉਹਨਾਂ ਨੇ ਮੇਰੀ ਹੈਲਪ ਜਿੱਦਾਂ ਬਿਲਕੁਲ ਬਿਲਕੁਲ ਉਹਨਾਂ ਦੇ ਨਾਲ ਹੀ ਆ ਜੀ ਸਾਰੀ ਟੀਮ ਸਾਡੀ ਜਿੱਦਾਂ ਟੀਮ ਦੇ ਮੋਢ ਕਹਿ ਲਓ ਸਤਵਿੰਦਰ ਭਾਅ ਜੀ ਅਤੇ ਬਾਕੀ ਇਹ ਆ ਸਾਰੀ ਇੱਥੇ ਟੀਮ ਕੰਮ ਕਰ ਰਹੀ ਆ ਜਿੰਨੇ ਵੀ ਅਸੀਂ ਆ ਨਾਲ ਸੰਜਨਾ ਸਿੰਗਰ ਸੁਖਜਿੰਦ ਤੁਸੀਂ ਸ਼ੂਟ 'ਤੇ ਵੀ ਆਏ ਸੀ ਸ਼ੂਟ 'ਤੇ ਵੀ ਆਏ ਸੀ ਸੁਖਜਿੰਦ ਅਤੇ ਸੰਦੀਪ ਗਰਚਾ ਬਹੁਤ ਵਧੀਆ ਸੰਦੀਪ ਗਰਚਾ ਸਾਰੀ ਟੀਮ ਮਤਲਬ ਬਹੁਤ ਵਧੀਆ ਕੰਮ ਕਰ ਰਹੀ ਹੈ ਅਸੀਂ ਸਪੋਰਟ ਕਰਦੇ ਹਾਂ ਇੱਥੇ ਸਾਰੇ ਮੇਰੀ ਫੁੱਲ ਸਪੋਰਟ ਹੋ ਗਈ ਸਾਨੂੰ ਤਾਂ ਅਸੀਂ ਤਾਂ ਹੁਕਮ ਦੇ ਗੁਲਾਮ ਆ ਜਿੱਦਾਂ ਸਤਵਿੰਦਰ ਭਾਅ ਜੀ ਨੇ ਕਈ ਵਾਰ ਕਿਹਾ ਸੀ ਗੋਪੀ ਭਾਅ ਜੀ ਨੂੰ ਮਿਲਣਾ ਅੱਜ ਅਚਾਨਕ ਮਿਲ ਗਿਆ ਨਾਲੇ ਗਾਣਾ ਵੀ ਆ ਰਿਹਾ ਸੀ ਅਤੇ ਅਚਾਨਕ ਅੱਜ ਮਿਲ ਵੀ ਗਏ ਆ ਜੀ ਜੀ ਉਹਨੇ ਬਹੁਤ ਵਾਰੀ ਕਿਹਾ ਪਰ ਟਾਈਮ ਨਹੀਂ ਹੁੰਦਾ ਸੀ ਤੁਹਾਡੇ ਕੋਲ ਵੀ ਅੱਜ ਅਸੀਂ ਵੀ ਨਿਕਲ ਚੱਲੇ ਪਰ ਜਿੱਦਾਂ ਤੁਸੀਂ ਨਾ ਮਿਲਦੇ ਨਿਕਲ ਵੀ ਸਰ ਮਿਲੇ ਅੱਜ ਪਰ ਜਿੱਦਾਂ ਮਹਾਰਾਜ ਨੇ ਮਿਲਾਉਣੇ ਹੁੰਦੇ ਵੀ ਮੇਰਾ ਇੱਕ ਬੋਝ ਹਲਕਾ ਹੋ ਗਿਆ ਵੀ ਉੱਧਰ ਤੇ ਕਿਤੇ ਹੋਵੇ ਨਾ ਕਹਿ ਲਓ ਜੀ ਹਾਂ ਮੈਂ ਚਾਹੁੰਦਾ ਸੀ ਵੀ ਥੋੜ੍ਹਾ ਲਾਈਵ ਸੁਣਿਆ ਜਾਵੇ ਪਰ ਅੱਜ ਹੁਣ ਅਸੀਂ ਗੁਰੂ ਘਰ ਦੇ ਵਿੱਚ ਬੈਠੇ ਹਾਂ ਜੀ ਅਤੇ ਮੈਂ ਚਾਹੁੰਦਾ ਵੀ ਕੋਈ ਧਾਰਮਿਕ ਗਾਣਾ ਕੋਈ ਦੋ ਕਲੈਨਾ ਹੋ ਜਾਣਾ ਉਹਨਾਂ ਕੋਲ ਏਕੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਖ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਵੀ ਸਚ ਬੇੜਾ ਪਾਰ ਲਗਾ ਲੈ ਤੂੰ ਬੰਦਿਆ ਸਤਿਗੁਰਾਂ ਦੇ ਲੜ ਲੱਗ ਕੇ ਕੁਝ ਨਾ ਨਾ ਜਾਣਾ ਏ ਨਾ ਜਾਣਾ ਏ ਸਭ ਕੁਝ ਰਹਿ ਜਾਣਾ ਏ ਜਗ ਤੇ ਇਹ ਫੁੱਲਾਂ ਬਖਸ਼ ਦੇ ਬਖਸ਼ਣ ਹਾਰੇ ਬਖਸ਼ਣ ਹਾਰੇ ਮੈਂ ਜਾਵਾਂ ਵਾਰੇ ਮੇਰੇ ਸਾਹਿਬ ਦੇ ਰੰਗ ਨਿਆਰੇ ਰੰਗ ਜੀ ਮੇਰੇ ਸਾਹਿਬ ਦੇ ਰੰਗ ਨਿਆਰੇ ਮੈਂ ਜਾਵਾਂ ਬਹੁਤ ਸੋਹਣਾ ਬਹੁਤ ਸੋਹਣਾ ਬਹੁਤ ਸੋਹਣੀ ਆਵਾਜ਼ ਆ ਵੀ ਰੱਬ ਨੇ ਬਹੁਤ ਸੋਹਣੀ ਆਵਾਜ਼ ਬਖਸ਼ੀ ਹੈ ਮੈਂ ਇੱਦਾਂ ਹੀ ਹੋਰ ਤਰੱਕੀ ਕਰੂੰ ਵੱਧ ਤੋਂ ਵੱਧ ਅਤੇ ਪੂਰਾ ਤੁਹਾਡਾ ਨਾਲ ਉਸ ਨੂੰ ਨਾਲ ਭਾਜੀ ਦਾ ਤਾਂ ਹੋਣਾ ਹੀ ਹੋਣਾ ਬਿਲਕੁਲ ਇਹਨਾਂ ਦੀ ਚੈਨਲ ਟੀਮ ਦਾ ਜੀ ਹਾਂ ਸਾਰਿਆਂ ਦਾ ਚੈਨਲ ਇਹਨਾਂ ਦਾ ਸੀਡ ਰਿਕਾਰਡ ਹੈ ਨਾ ਜੀ ਸੀਡ ਐਸ ਡਬਲ ਈ ਡੀ ਹਾਂ ਮੈਂ ਮੈਂਸ਼ਨ ਕਰ ਦੂੰਗਾ ਮੈਂ ਆਪਣਾ ਸਕਰੀਨ ਪਰ ਲਿਖ ਕੇ ਲਾ ਦੂੰਗਾ ਚੈਨਲ ਉਹ ਜਦ ਸਰਚ ਕਰ ਲਿਓ ਸੰਜਨਾ ਨੇ ਆਲਰੇਡੀ ਦੋ ਗਾਣੇ ਆ ਚੁੱਕੇ ਉਹਦੇ ਪਰ ਜੀ ਅਤੇ ਬਾਕੀ ਗਾਣੇ ਹੁਣ ਬੈਕ ਟੂ ਬੈਕ ਹੈ ਭਾਜੀ ਹਾਂਜੀ ਬੈਕ ਟੂ ਹਾਂ ਜੀ 20 ਹਰ 15-20 ਦਿਨ ਬਾਅਦ 'ਚ ਗਾਣਾ ਸੰਜਨਾ ਦਾ ਆਉਣਾ ਕਿਉਂ ਦੇਖਦੇ ਨੇ
ਤੇ ਸ਼ੁਕਰੀਆ ਭਾਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਭਾਜੀ ਹਾਂ ਹਾਂ ਬਹੁਤ ਬਹੁਤ ਸ਼ੁਕਰੀਆ ਇੰਨਾ ਸਾਨੂੰ ਮਾਣ ਦਿੱਤਾ ਤੁਸੀਂ ਆ ਕੇ ਸਾਡੇ ਕੋਲ ਵੈਸੇ ਉਹ ਮਹਾਰਾਜ ਉਹਨਾਂ ਦੇ ਬਾਬੇ ਦੀ ਕਿਰਪਾ ਹੋਈ ਤੁਸੀਂ ਮਿਲੇ ਸਾਨੂੰ ਆ ਕੇ ਅੱਜ ਹਾਂ ਇੱਕ ਹੋਰ ਖੁਸ਼ਖਬਰੀ ਦੱਸੀ ਹੈ ਉਹ ਭਾਜੀ ਆਪੇ ਦੱਸਣਗੇ ਖੁਸ਼ਖਬਰੀ ਇੱਦਾਂ ਹੈ ਜੀ ਹੁਣੇ ਹੁਣੇ ਫੋਨ ਆਇਆ ਅਸੀਂ ਤਾਂ ਵੈਸੇ ਆ ਦੇਖੋ ਖਾ ਵੀ ਰਹੇ ਸੀ ਹੁਣੇ ਹੁਣੇ ਫੋਨ ਆਇਆ ਘਰੋਂ ਵੀ ਸਿਸਟਰ ਦਾ ਜਿਹੜਾ ਪੱਕੇ ਤੌਰ ਤੇ ਵੀਜ਼ਾ ਲੱਗ ਗਿਆ ਜਰਮਨ ਦਾ सचे मन मिले जाता है देखो आप इनफॉरमेशन जी अपन हूं मिली है हो सकता है सवेरे अभी थोड़ा जा घूम के आए हैं आप मिले हैं मतलब अही साड़ी लोकेशन अही होर कितने गया आउट होगी शायद इनफॉरमेशन आप कठिया नहीं मिलनी कठिया नहीं मिलनी सी कठिया नहीं मिलनी सी कठिया नहीं मिलनी सी मेरे परी पुत्र ने क्या खाना पिज्जा पिज्जा खाना ए मेरा पुत्र खाने वाली चीज कहती पिज्जा है चल पिज्जे लेंदे हैं ਕਾਲਾ ਭਾਜੀ ਜਾ ਰਹੇ ਨੇ ਇੱਕ ਜੀਪ ਲੈ ਕੇ ਆਪਣੀ ਉਹ ਟੌਰ ਆ ਤੇਰੀ ਤਾਂ ਪੂਰੀ ਭਾਜੀ ਬਹੁਤ ਕੱਟ ਮਾਰੇ ਆ ਤਾਂ ਮੈਂ ਬੱਲੇ ਵੀ ਬੱਲੇ ਕੁੱਤਾ ਲਵੀ ਬੈਠੇ ਉੱਪਰ ਰੋਪੜ ਗੁਰਦੁਆਰੇ लाइक शेयर कमेंट लाइक शेयर कमेंट करो और बटन भी दबाओ भूल ना जाना बटन बेल आइकन वाला बटन दबा दो ए, एक ए, अदा नहीं ए...